ਦੋਸਤੋ ਐਸਯੂਵੀ ਸੈਗਮੈਂਟ ਐਸ ਟਾਈਮ ਇੰਡੀਆ ਦੇ ਵਿੱਚ ਟੌਪ ਤੇ ਆ ਸਭ ਤੋਂ ਵੱਧ ਐਸਯੂਵੀ ਸੈਗਮੈਂਟ ਦੀਆਂ ਕਾਰਾਂ ਵਿਕਦੀਆਂ ਸੈਡਾਨ ਹੈਚਬੈਗ ਸੈਗਮੈਂਟ ਨੂੰ ਕਾਫੀ ਜ਼ਿਆਦਾ ਪਿੱਛੇ ਛੱਡ ਚੁੱਕੀਆਂ ਗੱਡੀਆਂ ਦੇ ਵਿੱਚ ਹਮੇਸ਼ਾ ਕੋਈ ਨਾ ਕੋਈ ਦੌੜ ਰਿਹਾ ਕਦੇ ਹੈਚਬੈਗ ਦਾ ਆ ਗਿਆ ਕਦੇ ਸੈਡਾਨ ਸੈਗਮੈਂਟ ਦਾ ਆ ਗਿਆ ਜਿੱਦਾਂ ਜਿੱਦਾਂ ਇੰਡੀਅਨ ਲੋਕਾਂ ਕੋਲੋਂ ਪੈਸਾ ਵੱਧਦਾ ਜਾਂਦਾ ਉਦਾਂ ਉਦਾਂ ਸਾਡੀ ਪਸੰਦ ਵੀ ਵੱਧਦੀ ਜਾਂਦੀ ਆ ਔਰ ਸੈਗਮੈਂਟ ਵੀ ਵੱਡਾ ਹੋਈ ਜਾਂਦਾ ਦਿਨੋ ਦਿਨ ਪਹਿਲਾਂ ਵੱਡੀਆਂ ਗੱਡੀਆਂ ਜਿਵੇਂ ਕਿ ਹੁਣ ਸਕੋਰਪਿਓ ਐਨ ਦੀ ਗੱਲ ਕਰਨੀ ਏ ਜਾਂ ਸਕੋਰਪਿਓ ਦੀ ਉਹ ਐਡੀ ਵੱਡੀ ਮਾਤਰਾ ਚ ਨਹੀਂ ਵੇਖਦੀਆਂ ਹੁੰਦੀਆਂ ਹੁਣ ਜਿੰਨੀ ਕਿ ਸਵਿਫਟ ਵੇਖਦੀ ਐ ਉਦੋਂ ਵੱਧ ਸਕੋਰਪਿਓ ਐਨ ਜਾਂ ਕਲਾਸਿਕ ਵੇਖ ਜਾਂਦੀ ਐ ਸੋ ਕਾਫੀ ਜ਼ਿਆਦਾ ਮਾਰਕੀਟ ਦੇ ਵਿੱਚ ਫਰਕ ਪੈ ਚੁੱਕਿਆ ਲੋਕਾਂ ਦੀ ਪਸੰਦ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਚੁੱਕਿਆ ਸੋ ਇਸ ਵੀਡੀਓ ਚ ਆਪਾਂ ਗੱਲਬਾਤ ਕਰਨੀ ਐ ਟੌਪ 16 ਐਸਯੂਵੀ ਸੈਗਮੈਂਟ ਦੀਆਂ ਕਾਰਾਂ ਜਿਹੜੀਆਂ ਨਵੰਬਰ 2024 ਦੇ ਵਿੱਚ ਸੇਲ ਹੋਈਆਂ ਨੇ ਵੈਸੇ 15 ਹੀ ਰੱਖਣੀਆਂ ਸੀ 16ਵਾਂ ਨੰਬਰ ਤਾਂ ਪਾਇਆ ਕਿਉਂਕਿ 16ਵੇਂ ਤੇ ਰਹੀ ਹੈ Tata Curv ਕੁਝ ਸਮਾਂ ਪਹਿਲਾਂ ਲਾਂਚ ਹੋਈ ਹੈ ਸੋ ਇਹ ਵੀ ਜਾਣਨਾ ਜ਼ਰੂਰੀ ਹੋ ਜਾਂਦਾ ਕਿ Curv ਦਾ ਮਾਰਕੀਟ ਦੇ ਵਿੱਚ ਰਿਸਪਾਂਸ ਕਿਦਾਂ ਦਾ ਸੋ ਡਿਟੇਲ ਚ ਗੱਲਬਾਤ ਕਰਦੇ ਹਾਂ 16ਵੇਂ ਨੰਬਰ ਤੇ ਰਹੀ ਜੀ Tata Curv ਜੋ ਕਿ EV ਸੈਗਮੈਂਟ ਦੇ ਵਿੱਚ ਵੀ ਆਉਂਦੀ ਹੈ ਪੈਟਰੋਲ 'ਚ ਡੀਜ਼ਲ 'ਚ ਵੀ ਆਉਂਦੀ ਹੈ Curv ਦੀ ਇੱਕ ਖਾਸ ਗੱਲ ਤੁਹਾਨੂੰ ਦੱਸ ਦਿਆਂ ਕਿ EV ਦੇ ਵਿੱਚ ਇਹਦਾ ਪਲੈਟਫਾਰਮ ਜਿਹੜਾ ਉਹ ਅਲੱਗ ਵਰਤੇ ਜਾਂਦਾ ਪੈਟਰੋਲ ਡੀਜ਼ਲ ਦੇ ਵਿੱਚ ਇਹਦਾ ਪਲੈਟਫਾਰਮ ਲਗ ਯੂਜ਼ ਕੀਤਾ ਜਾਂਦਾ ਕੁਝ ਸਮਾਂ ਬਾਅਦ CNG ਦੇ ਵਿੱਚ ਵੀ ਆਉਣ ਜਾ ਰਹੀ ਹੈ ਉਹ પેટ્રોલ ਡੀਜ਼ਲ ਵਾਲੇ ਪਲੈਟਫਾਰਮ ਤੇ ਹੀ ਆਊਗੀ ਸੋ ਇਸ ਕਰਕੇ ਬਹੁਤ ਪਰਫੈਕਟ ਔਰ ਕਾਫੀ ਜਿਆਦਾ ਸੋਹਣੀ ਲੁੱਕ ਵਾਲੀ ਗੱਡੀ ਜਿਹੜੀ ਟਾਟਾ ਕਾਰ ਬਣਾਈ ਹੋਈ ਹੈ 5000 ਤੋਂ 105 ਗੱਡੀਆਂ ਕੁੱਲ ਸੇਲ ਹੋਈਆਂ 10 ਲੱਖ ਤੋਂ ਲੈ ਕੇ 19 ਲੱਖ ਰੁਪਏ ਤੱਕ ਐਕਸ਼ੋਰਮ ਪ੍ਰਾਈਸ ਮਿਲ ਜਾਂਦੀ ਹੈ EV ਚ ਲੈਣੀ ਹੈ 17,50,000 ਤੋਂ ਲੈ ਕੇ 22 ਲੱਖ ਰੁਪਏ ਤੱਕ ਐਕਸ਼ੋਰਮ ਪ੍ਰਾਈਸ ਮਿਲ ਜਾਂਦੀ ਹੈ EV ਦੇ ਵਿੱਚ ਅੱਗੇ ਜਾ ਕੇ ਇਹਦੀ ਸੇਲ ਘਟ ਜੂਗੀ ਜਦੋਂ ਮਹਿੰਦਰਾ ਦੀਆਂ EV ਕਾਰਾਂ ਦੀਆਂ ਡਿਲੀਵਰੀਆਂ ਸਟਾਰਟ ਹੋ ਗਈਆਂ 15ਵੇਂ ਨੰਬਰ ਤੇ ਜੀ ਕੀਆ ਸੈਲਟੋਸ 5364 ਗੱਡੀਆਂ ਕੁੱਲ ਸੇਲ ਹੋਈਆਂ ਪੈਟਰੋਲ ਡੀਜ਼ਲ ਦੇ ਵਿੱਚ ਮਿਲ ਜਾਂਦੀ ਹੈ 10 ਲੱਖ 90 ਹਜ਼ਾਰ ਤੋਂ ਲੈ ਕੇ 20 ਲੱਖ 45 ਹਜ਼ਾਰ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 14ਵੇਂ ਨੰਬਰ ਤੇ ਹੁੰਡਾਈ ਐਕਸਟਰ 5747 ਗੱਡੀਆਂ ਕੁੱਲ ਸੇਲ ਹੋਈਆਂ ਪੈਟਰੋਲ ਸੀਐਨਜੀ ਦੇ ਵਿੱਚ ਮਿਲ ਜਾਂਦੀ ਹੈ 6 ਲੱਖ 13 ਹਜ਼ਾਰ ਤੋਂ ਲੈ ਕੇ 10 ਲੱਖ 43 ਹਜ਼ਾਰ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 13ਵੇਂ ਨੰਬਰ ਤੇ ਜੀ ਬਲੈਰੋ ਬਲੈਰੋ ਨਿਊ ਬਲੈਰੋ ਨਿਓ ਪਲੱਸ ਔਰ ਸਿੰਪਲ ਬਲੈਰੋ ਸਾਰਿਆਂ ਦੀ ਸੇਲ ਮਿਲਾ ਕੇ 7045 ਗੱਡੀਆਂ ਸੇਲ ਹੋਈਆਂ ਪਹਿਲਾਂ ਦੇ ਨਾਲ ਉਹ ਸੇਲ ਕਾਫੀ ਜ਼ਿਆਦਾ ਘਟ ਗਈਆਂ ਨਹੀਂ ਤੇ ਬਲੈਰੋ 10000 ਤੋਂ ਥੱਲੇ ਨਹੀਂ ਆਉਂਦੀ 9500 10000 ਸੇਲ ਦੀ ਰਹਿੰਦੀ ਹੀ ਰਹਿੰਦੀ ਹੈ ਪਤਾ ਨਹੀਂ ਕਿਉਂ ਸੇਲ ਥੱਲੇ ਆਈ ਹੈ 7045 ਗੱਡੀਆਂ ਕੁੱਲ ਸੇਲ ਹੋਈਆਂ 9 ਲੱਖ 80 ਹਜ਼ਾਰ ਤੋਂ ਲੈ ਕੇ ਤੇ 12 ਲੱਖ 16 ਹਜ਼ਾਰ ਰੁਪਏ ਤੱਕ ਐਕਸ਼ਨ ਰੂਮ ਪ੍ਰਾਈਜ਼ ਮਿਲ ਜਾਂਦੀ ਹੈ 12ਵੇਂ ਨੰਬਰ ਤੇ ਜੀ Mahindra 3X0 7656 ਗੱਡੀਆਂ ਕੁੱਲ ਸੇਲ ਹੋਈਆਂ 780000 ਤੋਂ ਲੈ ਕੇ 1550000 ਤੱਕ ਐਕਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 11ਵੇਂ ਨੰਬਰ ਤੇ ਜੀ Thar Thar Rox ਦੋਨਾਂ ਦੀ ਸੇਲ ਮਿਲਾ ਕੇ 8000 ਤੇ 708 ਗੱਡੀਆਂ ਕੁੱਲ ਸੇਲ ਹੋਈਆਂ 1135000 ਤੋਂ ਲੈ ਕੇ 1760000 ਤੱਕ Thar 3 ਡੋਰ ਮਿਲਦੀ ਹੈ Rox ਲੈਣੀ ਹੈ 13 ਲੱਖ ਤੋਂ ਲੈ ਕੇ 2250000 ਤੱਕ ਐਕਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਔਰ 10ਵੇਂ ਨੰਬਰ ਤੇ XUV 7W ਜਿੱਤੇ ਮੋਟਾ ਡਿਸਕਾਊਂਟ ਚੱਲ ਰਿਹਾ 2.5 ਲੱਖ ਰੁਪਏ ਦਾ 9100 9100 ਗੱਡੀਆਂ ਕੁੱਲ ਸੇਲ ਹੋਈਆਂ 14 ਲੱਖ ਤੋਂ ਲੈ ਕੇ 25,64000 ਤੱਕ ਐਕਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਨੌਵੇਂ ਨੰਬਰ ਤੇ ਜੀ ਕੀਆ ਸੋਨਟ 9255 ਗੱਡੀਆਂ ਕੁੱਲ ਸੇਲ ਹੋਈਆਂ 8 ਲੱਖ ਤੋਂ ਲੈ ਕੇ 15,77000 ਤੱਕ ਐਕਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਅੱਠਵੇਂ ਨੰਬਰ ਤੇ ਜੀ ਹੁੰਡਾਈ ਵੈਨਿਊ 9754 ਗੱਡੀਆਂ ਕੁੱਲ ਸੇਲ ਹੋਈਆਂ 7,94000 ਤੋਂ ਲੈ ਕੇ 13 ਲੱਖ 13,753000 ਤੱਕ ਐਕਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਸੱਤਵੇਂ ਨੰਬਰ ਤੇ ਜੀ ਗ੍ਰੈਂਡ ਵਿਟਾਰਾ ਪੈਟਰੋਲ, ਸੀਐਨਜੀ, ਹਾਈਬ੍ਰਿਡ ਤਿੰਨ ਆਪਸ਼ਨਾਂ ਦੇ ਨਾਲ ਮਿਲਦੀ ਆ। 10000 ਤੇ 148 ਗੱਡੀਆਂ ਕੁੱਲ ਸੇਲ ਹੋਈਆਂ। 10,87,000 ਤੋਂ ਲੈ ਕੇ 20 ਲੱਖ ਰੁਪਏ ਤੱਕ ਐਕਸ਼ੋਰੂਮ ਪ੍ਰਾਈਸ ਮਿਲ ਜਾਂਦੀ ਆ। 6ਵੇਂ ਨੰਬਰ ਤੇ ਜੀ ਸਕੋਰਪੀਓ ਕਲਾਸਿਕ ਸਕੋਰਪੀਅਨ ਦੋਨਾਂ ਦੀ ਸੇਲ ਮਲਾ ਕੇ 12704 ਗੱਡੀਆਂ ਕੁੱਲ ਸੇਲ ਹੋਈਆਂ ਨੇ। 13 ਲੱਖ ਤੋਂ ਲੈ ਕੇ 24-25 ਲੱਖ ਰੁਪਏ ਤੱਕ ਸਕੋਰਪੀਓ ਐਨ ਜਿਹੜੀ ਆ ਉਹ ਤੁਹਾਨੂੰ ਮਿਲ ਜੇਗੀ। ਔਰ ਪੰਨਵੇਂ ਨੰਬਰ ਤੇ ਜੀ ਫਰਾਂਕਸ ਫਰਾਂਕਸ ਦੀ ਸੇਲ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਹੀਗਾ ਕਿ ਫਰਾਂਕਸ ਦੀ ਸੇਲ ਬਹੁਤ ਜ਼ਿਆਦਾ ਵਧਣ ਵਾਲੀ ਆਉਂਦੇ ਸਮੇਂ ਦੇ ਵਿੱਚ ਸੋ ਹੁਣ ਫਰਾਂਕਸ ਕਾਫੀ ਰਿਕਾਰਡ ਤੋੜ ਰਹੀ ਆ 14882 ਗੱਡੀਆਂ ਕੁੱਲ ਸੇਲ ਹੋਈਆਂ 751000 ਤੋਂ ਲੈ ਕੇ 13 ਲੱਖ ਰੁਪਏ ਤੱਕ ਐਕਸ਼ੋਅਰੂਮ ਪ੍ਰਾਈਸ ਮਿਲ ਜਾਂਦੀ ਆ ਚੌਥੇ ਨੰਬਰ ਤੇ ਜੀ ਬਰੀਜ਼ਾ ਪੈਟਰੋਲ ਸੀ ਐਨਜੀ ਚ ਮਿਲ ਜੂਗੀ ਆਟੋਮੈਟਿਕ ਮੈਨੂਅਲ ਟਰਾਂਸਮਿਸ਼ਨ ਦੇ ਨਾਲ 14918 ਗੱਡੀਆਂ ਕੁੱਲ ਸੇਲ ਹੋਈਆਂ ਫਰਾਂਕ ਸੇਲ ਹੋਈ ਹੀ 14882 ਗੱਡੀਆਂ ਤੇ ਬਰੀਜ਼ਾ ਸੇਲ ਹੋਈ ਹੈ 14918 ਗੱਡੀਆਂ ਦੇਖੋ ਫਰਕ ਬਹੁਤ ਨਾ ਮਾਤਰ ਰਹਿ ਗਿਆ ਤੇ ਆਉਂਦੇ ਸਮੇਂ ਦੇ ਵਿੱਚ ਫਰਾਂਕਸ ਦੀ ਸੇਲ ਹੋਰ ਜ਼ਿਆਦਾ ਵਧੂਗੀ 8 ਲੱਖ 34000 ਤੋਂ ਲੈ ਕੇ ਤੇ 14 ਲੱਖ 14000 ਤੱਕ ਬਰੀਜ਼ਾ ਐਕਸ਼ੋਰਮ ਪ੍ਰਾਈਜ਼ ਮਿਲ ਜਾਂਦੀ ਹੈ ਤੀਸਰੇ ਨੰਬਰ ਤੇ ਜੀ ਟਾਟਾ ਨੈਕਸਨ ਨੈਕਸਨ ਪੈਟਰੋਲ ਡੀਜ਼ਲ ਸੀएनजी ایਵੀ ਸਭ ਦੇ ਵਿੱਚ ਮਿਲਦੀ ਹੈ 15000 ਤੇ 329 ਗੱਡੀਆਂ ਕੁੱਲ ਸੇਲ ਹੋਈਆਂ ਨੇ 8 ਲੱਖ ਤੋਂ ਲੈ ਕੇ ਤੇ 15 ਲੱਖ 50000 ਤੱਕ ਐਕਸ਼ੋਰਮ ਪ੍ਰਾਈਜ਼ ਮਿਲ ਜਾਂਦੀ ਹੈ ਦੂਸਰੇ ਨੰਬਰ ਤੇ ਜੀ ਟਾਟਾ ਪੰਜ 15000 ਤੇ 435 ਗੱਡੀਆਂ ਕੁੱਲ ਸੇਲ ਹੋ ਗਈਆਂ ਨੇ 613000 ਤੋਂ ਲੈ ਕੇ 1015000 ਤੱਕ ਐਕਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ। ਔਰ ਦੋਸਤੋ ਪਹਿਲੇ ਨੰਬਰ ਤੇ ਰਹੀ ਆ ਪਿਛਲੇ ਕਾਫੀ ਮਹੀਨਿਆਂ ਤੋਂ ਪਹਿਲੇ ਨੰਬਰ ਤੇ ਆ ਰਹੀ ਹੈ ਕ੍ਰੇਟਾ ਜਦੋਂ ਤੋਂ ਕ੍ਰੇਟਾ ਦੀ ਖੁੱਲ ਕੇ ਡਿਲੀਵਰੀ ਮਿਲ ਰਹੀ ਹੈ। ਕ੍ਰੇਟਾ ਸੇਲ ਹੋਈਆਂ 15000 ਤੇ 452 ਗੱਡੀਆਂ ਕੁੱਲ 11 ਲੱਖ ਤੋਂ ਲੈ ਕੇ ਤੇ 20 ਲੱਖ 30000 ਤੱਕ ਐਕਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ। ਜਿਹੜੀਆਂ ਸਾਰੀਆਂ ਕਾਰਾਂ ਸੇਲ ਹੋਈਆਂ ਹੀ ਉਹਦੇ ਵਿੱਚ ਵੀ ਕ੍ਰੇਟਾ ਟੌਪ ਦੂਜੇ ਨੰਬਰ ਤੇ ਅਗੇ ਹੀ ਔਰ ਐਸਯੂਵੀ ਸੈਗਮੈਂਟ ਦੇ ਵਿੱਚ ਕ੍ਰੇਟਾ ਪਹਿਲੇ ਨੰਬਰ ਤੇ ਆ ਗਈ ਹੈ ਫਰਕ ਵੀ ਕੋਈ ਬਹੁਤਾ ਜਿਆਦਾ ਨਹੀਂ ਹੈਗਾ ਕ੍ਰੇਟਾ ਫਰਾਂਕਸ ਨੈਕਸਨ ਪੰਜ ਦੇ ਵਿੱਚ ਬਹੁਤ ਜਿਆਦਾ ਥੋੜੇ ਥੋੜੇ ਫਰਕ ਦੇ ਨਾਲ ਇਹ ਸਾਰੀਆਂ ਗੱਡੀਆਂ ਤਿੰਨ ਚਾਰ ਦੀ ਲਿਸਟ ਤੇ ਵਿੱਚ ਆਈਆਂ ਨੇ ਸੋ ਇਹ ਸੀਗੀ ਸਾਰੀ ਗੱਲਬਾਤ ਐਸਯੂਵੀ ਸੈਗਮੈਂਟ ਦੀ ਜਿਹੜੀਆਂ ਕਿ ਨਵੰਬਰ 2024 ਦੇ ਵਿੱਚ ਸੇਲ ਹੋਈਆਂ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਧੰਨਵਾਦ